ਸਾਈਕਲ ਰੈਲੀ ਦੇ ਜੀ ਸਾਈਕਲ ਕੇ ਫਾਇਦੇ ਬਹੁਤ ਹੈ ਚਲਾਉਣ ਕੇ, ਪੈਰਾਂ ਤੋਂ ਲੈ ਕੇ ਸਿਰ ਤੱਕ 52 ਐਕਸਰਸਾਈਜ਼ਾਂ ਸਾਈਕਲ ਚਲਾਉਣ ਨਾਲ ਹੋ ਜਾਂਦੀਆਂ, ਜਿਹੜਾ ਕਿ ਲੋਕਾਂ ਨੂੰ ਪਤਾ ਹੀ ਨਹੀਂ। ਡਾਕਟਰ ਕਹਿੰਦੇ ਸਾਈਕਲ ਚਲਾਓ, ਲੋਕ ਕਹਿੰਦੇ ਸਾਈਕਲ ਨਾਲ ਜੀ ਕੋਈ ਗੋਡੇ ਉਹ ਜਿੰਨੇ ਜੀ ਕੋਈ ਬਿਮਾਰੀ ਨਹੀਂ ਹੁੰਦੀ, ਬਾਹਾਂ ਕੀ ਹੱਥਾਂ ਕੀ ਐਕਸਰਸਾਈਜ਼ ਅੱਖਾਂ ਕੀ ਹਰੇਕ ਐਕਸਰਸਾਈਜ਼ ਸਾਈਕਲ ਕੇ ਨਾਲ ਹੁੰਦੀ ਹੈ, ਨਾਲੇ ਬੱਚਤ ਹੈ, ਪੈਟਰੋਲ ਕੀ ਬੱਚਤ ਹੈ, ਸਾਈਕਲ ਚੀਜ਼ ਕੀ ਬੱਚਤ, ਨਾਲੇ ਸਿਹਤ ਕੀ ਬੱਚਤ। ਠੀਕ ਹੈ, ਹਰੇਕ ਨੂੰ ਸਾਈਕਲ ਚਲਾਉਣਾ, ਹਰ ਦੁਨੀਆਂ ਨੂੰ ਸਾਈਕਲ ਚਲਾਉਣ 'ਤੇ ਆਉਣਾ ਪਵੇਗਾ ਜਿਸ ਤਰ੍ਹਾਂ ਬਿਮਾਰੀਆਂ ਚੱਲ ਰਹੀਆਂ। ਸਾਈਕਲ ਚਲਾਉਣ ਨਾਲ ਕਿੰਨੇ ਕੁ ਫਾਇਦੇ ਨੇ ਨੌਜਵਾਨਾਂ ਨੂੰ? ਦੇਖੋ ਇਸ ਸੰਬੰਧੀ ਜਿਹੜੇ ਬੱਚੇ ਨੇਗੇ ਸਪੋਰਟਸ ਮੈਨ ਨਿਕਲਦੇ ਨੇ ਜਿਹੜੇ ਇਸ ਸਾਈਕਲ ਰੈਲੀ ਦੇ ਵਿੱਚ ਹੀ ਬੱਚੇ ਚੱਲ ਜਿਹੜੇ ਸਕੂਲਾਂ ਦੇ ਵਿੱਚ ਹੀ ਹੋ ਕੇ ਨਿਕਲਦੇ ਨੇਗੇ, ਇਸ ਸੰਬੰਧੀ ਬੱਚਿਆਂ ਨੂੰ ਬੜੀ ਵਧੀਆ ਜਿਹੜੀ ਹੈਗੀ ਆ ਭਾਈਚਾਰਾ ਜਿਹੜਾ ਹੈਗਾ ਇਹਦੇ ਨਾਲ ਕਾਇਮ ਰਹਿੰਦਾ। ਆਜੋ ਆਜੋ ਅਵਤਾਰ ਜੀ, ਕੀ ਤੁਹਾਡਾ ਮੈਸੇਜ ਹੈ? ਅਸੀਂ ਹਰ ਸਾਲ ਇਹ ਸਾਡੀ 7ਵੀਂ ਸਾਈਕਲ ਰੈਲੀ ਜਿਹੜੀ ਕਿ ਲਾਇਨ ਕਲੱਬ ਸਮਾਣਾ ਗੋਲਡ ਦੀ ਤਰਫ ਤੋਂ ਕੀਤੀ ਜਾ ਰਹੀ ਹੈ। ਇਹ 'ਚ ਸਾਰੇ ਸਕੂਲਾਂ ਦੇ ਵੱਖ ਵੱਖ ਸਕੂਲਾਂ ਦੇ ਬੱਚੇ ਭਾਗ ਲੈਂਦੇ ਨੇ, ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਮੈਨੇਜਮੈਂਟ ਤੋਂ, ਅਤੇ ਸਾਰੇ ਬੜੇ ਹੁੰਮਾ ਕੇ ਤੁਸੀਂ ਦੇਖ ਹੀ ਰਹੇ ਹੋ ਕਿ ਬੱਚਿਆਂ 'ਚ ਜੋਸ਼ ਹੈ। ਇੱਕ ਇਹ 2 ਅਕਤੂਬਰ ਨੂੰ ਜਿਹੜੀ ਰੈਲੀ ਹੋ ਰਹੀ ਹੈ ਇਹ ਸਾਡਾ ਲਾਇਨਸ ਕਲੱਬ ਦਾ ਮੇਨ ਪ੍ਰੋਜੈਕਟ ਹੈ, ਹਰ ਸਾਲ ਅਸੀਂ ਇਹ ਕਰਦੇ ਹਾਂ। ਅਤੇ ਅਸੀਂ ਇਹ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਸਾਰੇ ਰਲ ਮਿਲ ਕੇ ਸਾਈਕਲ ਚਲਾਓ, ਇਸ ਦੇ ਨਾਲ ਬੱਚਿਆਂ 'ਚ ਆਪਸੀ ਜਿਹੜੀ ਹੀਣ ਭਾਵਨਾ ਘਟੇਗੀ। ਸਾਈਕਲ ਰੈਲੀ ਦੇ ਰਾਹੀਂ ਦੇਖੋ ਜੀ, ਅਸੀਂ ਗਾਂਧੀ ਜਯੰਤੀ 'ਤੇ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਸ਼ਹਿਰ ਵਾਸੀਆਂ ਨੂੰ, ਸ਼ਹਿਰ ਵਾਸੀ ਵੀ ਬਹੁਤ ਸੋਚੇ ਸੋਚਣ ਇਕੱਠੇ ਕੀਤੇ ਨੇ, ਕਲੱਬ ਵੱਲੋਂ ਵੀ ਇਹ ਸਾਥ ਦਿੱਤਾ ਗਿਆ, ਔਰਗਨਾਈਜ਼ ਕੀਤੀ ਗਈ ਰੈਲੀ, ਸਾਈਕਲ ਰੈਲੀ। ਮੇਰਾ ਸੁਨੇਹ ਵੀ ਇਹੀ ਹੈ ਲੋਕਾਂ ਨੂੰ ਵੀ ਆਪਣੇ ਸ਼ਹਿਰ ਦੀ ਸਾਫ਼ ਸਫਾਈ ਰੱਖੋ, ਸਾਡੇ ਨਾਲ ਸਹਿਯੋਗ ਕਰੋ ਅਤੇ ਕੂੜੇ ਨੂੰ ਮੈਨੇਜ ਕਰਨ ਲਈ ਜਿਵੇਂ ਸਾਡੇ ਮੈਸੇਜ ਅਲੱਗ ਅਲੱਗ ਕਰਕੇ ਦਿਓ। ਧੰਨਵਾਦ ਜੀ, ਥੈਂਕ ਯੂ ਜੀ। ਕੀ ਕਹਿਣਾ ਅੱਜ? ਇਹ ਲਾਇਨ ਗੋਲਡ ਵੱਲੋਂ 7ਵੀਂ ਸਾਈਕਲ ਰੈਲੀ ਹੈ ਜਿੱਥੇ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਸਿਹਤ ਦੇ ਪੱਖੋਂ, ਔਰ ਸਾਈਕਲ ਚਲਾਉਣ ਵਾਸਤੇ ਮੋਟੀਵੇਟ ਕੀਤਾ ਜਾਂਦਾ ਹੈ। ਉੱਥੇ ਅਸੀਂ ਗਾਂਧੀ ਜਯੰਤੀ 'ਤੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ, ਸਾਈਕਲ ਚਲਾਉਣ ਨਾਲ ਜਿੱਥੇ ਵਾਤਾਵਰਨ ਸ਼ੁੱਧ ਹੁੰਦਾ, ਬੱਚਿਆਂ ਦੀ ਸਿਹਤ ਠੀਕ ਰਹਿੰਦੀ ਹੈ, ਔਰ ਉੱਥੇ ਹੀ ਤੇਲ ਵੀ ਬਚਦਾ ਹੈ, ਪੈਟਰੋਲ ਵੀ ਬਚਦਾ, ਔਰ ਬੱਚਿਆਂ ਦੇ ਵਿੱਚ ਇੱਕ ਮੋਟੀਵੇਸ਼ਨ ਜਾਂਦੀ ਹੈ ਵੀ ਸਾਈਕਲ ਚਲਾਉਣ ਨਾਲ ਜਿੱਥੇ ਸਿਹਤ ਸਵਸਥ ਰਹਿੰਦੀ ਹੈ ਉੱਥੇ ਦੇਸ਼ ਦੇ ਵਿੱਚ ਵੀ ਸੁਧਾਰ ਹੁੰਦਾ। ਸਾਈਕਲ ਰੈਲੀ ਦੇ ਜੀ ਸਾਈਕਲ ਕੇ ਫਾਇਦੇ ਬਹੁਤ ਹੈ ਚਲਾਉਣ ਕੇ, ਪੈਰਾਂ ਤੋਂ ਲੈ ਕੇ ਸਿਰ ਤੱਕ 52 ਐਕਸਰਸਾਈਜ਼ਾਂ ਸਾਈਕਲ ਚਲਾਉਣ ਨਾਲ ਹੋ ਜਾਂਦੀਆਂ, ਜਿਹੜਾ ਕਿ ਲੋਕਾਂ ਨੂੰ ਪਤਾ ਹੀ ਨਹੀਂ। ਡਾਕਟਰ ਕਹਿੰਦੇ ਸਾਈਕਲ ਚਲਾਓ, ਲੋਕ ਕਹਿੰਦੇ ਸਾਈਕਲ ਨਾਲ ਜੀ ਕੋਈ ਗੋਡੇ ਉਹ ਜਿੰਨੇ ਜੀ ਕੋਈ ਬਿਮਾਰੀ ਨਹੀਂ ਹੁੰਦੀ, ਬਾਹਾਂ ਕੀ ਹੱਥਾਂ ਕੀ ਐਕਸਰਸਾਈਜ਼ ਅੱਖਾਂ ਕੀ ਹਰੇਕ ਐਕਸਰਸਾਈਜ਼ ਸਾਈਕਲ ਕੇ ਨਾਲ ਹੁੰਦੀ ਹੈ, ਨਾਲੇ ਬੱਚਤ ਹੈ, ਪੈਟਰੋਲ ਕੀ ਬੱਚਤ ਹੈ, ਸਾਈਕਲ ਚੀਜ਼ ਕੀ ਬੱਚਤ, ਨਾਲੇ ਸਿਹਤ ਕੀ ਬੱਚਤ। ਠੀਕ ਹੈ, ਹਰੇਕ ਨੂੰ ਸਾਈਕਲ ਚਲਾਉਣਾ, ਹਰ ਦੁਨੀਆਂ ਨੂੰ ਸਾਈਕਲ ਚਲਾਉਣ 'ਤੇ ਆਉਣਾ ਪਵੇਗਾ ਜਿਸ ਤਰ੍ਹਾਂ ਬਿਮਾਰੀਆਂ ਚੱਲ ਰਹੀਆਂ। ਸਾਈਕਲ ਚਲਾਉਣ ਨਾਲ ਕਿੰਨੇ ਕੁ ਫਾਇਦੇ ਨੇ ਨੌਜਵਾਨਾਂ ਨੂੰ? ਦੇਖੋ ਇਸ ਸੰਬੰਧੀ ਜਿਹੜੇ ਬੱਚੇ ਨੇਗੇ ਸਪੋਰਟਸ ਮੈਨ ਨਿਕਲਦੇ ਨੇ ਜਿਹੜੇ ਇਸ ਸਾਈਕਲ ਰੈਲੀ ਦੇ ਵਿੱਚ ਹੀ ਬੱਚੇ ਚੱਲ ਜਿਹੜੇ ਸਕੂਲਾਂ ਦੇ ਵਿੱਚ ਹੀ ਹੋ ਕੇ ਨਿਕਲਦੇ ਨੇਗੇ, ਇਸ ਸੰਬੰਧੀ ਬੱਚਿਆਂ ਨੂੰ ਬੜੀ ਵਧੀਆ ਜਿਹੜੀ ਹੈਗੀ ਆ ਭਾਈਚਾਰਾ ਜਿਹੜਾ ਹੈਗਾ ਇਹਦੇ ਨਾਲ ਕਾਇਮ ਰਹਿੰਦਾ। ਆਜੋ ਆਜੋ ਅਵਤਾਰ ਜੀ, ਕੀ ਤੁਹਾਡਾ ਮੈਸੇਜ ਹੈ? ਅਸੀਂ ਹਰ ਸਾਲ ਇਹ ਸਾਡੀ 7ਵੀਂ ਸਾਈਕਲ ਰੈਲੀ ਜਿਹੜੀ ਕਿ ਲਾਇਨ ਕਲੱਬ ਸਮਾਣਾ ਗੋਲਡ ਦੀ ਤਰਫ ਤੋਂ ਕੀਤੀ ਜਾ ਰਹੀ ਹੈ। ਇਹ 'ਚ ਸਾਰੇ ਸਕੂਲਾਂ ਦੇ ਵੱਖ ਵੱਖ ਸਕੂਲਾਂ ਦੇ ਬੱਚੇ ਭਾਗ ਲੈਂਦੇ ਨੇ, ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਮੈਨੇਜਮੈਂਟ ਤੋਂ, ਅਤੇ ਸਾਰੇ ਬੜੇ ਹੁੰਮਾ ਕੇ ਤੁਸੀਂ ਦੇਖ ਹੀ ਰਹੇ ਹੋ ਕਿ ਬੱਚਿਆਂ 'ਚ ਜੋਸ਼ ਹੈ। ਇੱਕ ਇਹ 2 ਅਕਤੂਬਰ ਨੂੰ ਜਿਹੜੀ ਰੈਲੀ ਹੋ ਰਹੀ ਹੈ ਇਹ ਸਾਡਾ ਲਾਇਨਸ ਕਲੱਬ ਦਾ ਮੇਨ ਪ੍ਰੋਜੈਕਟ ਹੈ, ਹਰ ਸਾਲ ਅਸੀਂ ਇਹ ਕਰਦੇ ਹਾਂ। ਅਤੇ ਅਸੀਂ ਇਹ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰੇ ਰਲ ਮਿਲ ਕੇ ਸਾਈਕਲ ਚਲਾਓ, ਇਸ ਦੇ ਨਾਲ ਬੱਚਿਆਂ 'ਚ ਆਪਸੀ ਜਿਹੜੀ ਹੀਣ ਭਾਵਨਾ ਘਟੇਗੀ।
ਜਾਂ ਸਾਈਕਲ ਰੈਲੀ ਦੇ ਰਾਹੀਂ? ਦੇਖੋ ਜੀ, ਅਸੀਂ ਗਾਂਧੀ ਜਯੰਤੀ 'ਤੇ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਸ਼ਹਿਰ ਵਾਸੀਆਂ ਨੂੰ, ਆਪਣੇ ਹੱਥਾਂ ਬੱਚੇ ਇਹ ਸਮਝ ਰੈਡੀ ਕਰ ਸਕਦੇ ਹਾਂ। ਇਸ ਕਰਕੇ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਹੈ, ਸ਼ਹਿਰ ਵਾਸੀ ਵੀ ਬਹੁਤ ਪਹੁੰਚੇ ਹਰਜਨ ਇਕੱਠੇ ਕੀਤੇ ਨੇ, ਕਲੱਬ ਵੱਲੋਂ ਵੀ ਇਹ ਸਾਥ ਦਿੱਤਾ ਗਿਆ, ਔਰਗਨਾਈਜ਼ ਕੀਤੀ ਗਈ ਰੈਲੀ, ਸਾਈਕਲ ਰੈਲੀ। ਮੇਰਾ ਸੁਨੇਹਾ ਵੀ ਇਹੀ ਹੈ ਲੋਕਾਂ ਨੂੰ ਵੀ ਆਪਣੇ ਸ਼ਹਿਰ ਦੀ ਸਾਫ਼ ਸਫਾਈ ਰੱਖੋ, ਸਾਡੇ ਨਾਲ ਸਹਿਯੋਗ ਕਰੋ ਅਤੇ ਕੂੜੇ ਨੂੰ ਮੈਨੇਜ ਕਰਨ ਲਈ ਜਿਵੇਂ ਸਾਡੇ ਮੈਸੇਜ ਅਲੱਗ ਅਲੱਗ ਕਰਕੇ ਦਿਓ। ਧੰਨਵਾਦ ਜੀ। ਥੈਂਕ ਯੂ। ਕਿਆ ਕਹਿਣਾ ਅੱਜ? ਇਹ ਲਾਇਨ ਗੋਲਡ ਗੋਲਡ ਵੱਲੋਂ 7ਵੀਂ ਸਾਈਕਲ ਰੈਲੀ ਹੈ, ਜਿੱਥੇ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਸਿਹਤ ਦੇ ਪੱਖੋਂ ਔਰ ਸਾਈਕਲ ਚਲਾਉਣ ਵਾਸਤੇ ਮੋਟੀਵੇਟ ਕੀਤਾ ਜਾਂਦਾ ਹੈ। ਉੱਥੇ ਅਸੀਂ ਗਾਂਧੀ ਜਯੰਤੀ 'ਤੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ, ਸਾਈਕਲ ਚਲਾਉਣ ਨਾਲ ਜਿੱਥੇ ਵਾਤਾਵਰਨ ਸ਼ੁੱਧ ਹੁੰਦਾ, ਬੱਚਿਆਂ ਦੀ ਸਿਹਤ ਠੀਕ ਰਹਿੰਦੀ ਹੈ ਔਰ ਉੱਥੇ ਹੀ ਤੇਲ ਵੀ ਬਚਦਾ ਹੈ, ਪੈਟਰੋਲ ਵੀ ਬਚਦਾ ਔਰ ਬੱਚਿਆਂ ਦੇ ਵਿੱਚ ਇੱਕ ਮੋਟੀਵੇਸ਼ਨ ਜਾਂਦੀ ਹੈ ਵੀ ਸਾਈਕਲ ਚਲਾਉਣ ਨਾਲ ਜਿੱਥੇ ਸਿਹਤ ਸਵੱਸਥ ਰਹਿੰਦੀ ਹੈ ਉੱਥੇ ਦੇਸ਼ ਦੇ ਵਿੱਚ ਵੀ ਸੁਧਾਰ ਹੁੰਦਾ।